ਸੰਧੂ ਕੰਪਲੈਕਸ 2nd ਫਲੋਰ ਤੇ 9 ਨੰਬਰ ਇਹਨੇ ਦਫ਼ਤਰ ਬਣਾਇਆ ਹੈ ਰਾਇਲ ਪਟਿਆਲਾ ਦੇ ਵਿੱਚ ਲੋਨ ਕਰਵਾਉਣ ਦੇ ਨਾਮ ਦੇ ਉੱਤੇ ਕਰੋੜਾਂ ਦੀ ਠੱਗੀ ਕਰਨ ਵਾਲਾ ਸ਼ਖਸ ਹੁਣ ਕਾਬੂ ਕਰ ਲਿਆ ਗਿਆ ਦਰਅਸਲ ਫਾਈਨਾਂਸ ਕੰਪਨੀ ਦੇ ਮੈਨੇਜਰ ਨੇ ਲੋਕਾਂ ਦੇ ਨਾਲ ਲੋਨ ਕਰਵਾਉਣ ਦੇ ਨਾਮ ਦੇ ਉੱਤੇ ਕਰੋੜਾਂ ਦੀ ਠੱਗੀ ਕੀਤੀ ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਫਾਈਨਾਂਸ ਮੈਨੇਜਰ ਨੂੰ ਫੜ ਕੇ ਉਸ ਦੀ ਪਹਿਲਾਂ ਤਾਂ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਥਾਣਾ ਸਨੌਰ ਦੀ ਪੁਲਿਸ ਨੂੰ ਫੜਾ ਦਿੱਤਾ ਇਸ ਮੌਕੇ ਦੇ ਉੱਤੇ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਉਹਨਾਂ ਦੇ ਨਾਲ ਲੱਖ ਲੱਖ ਰੁਪਏ ਕਰਕੇ ਕਈ ਲੱਖਾਂ ਦੀ ਠੱਗੀ ਮਾਰ ਚੁੱਕਿਆ ਅਤੇ ਇਹ ਕੋਈ ਇੱਕ ਸ਼ਖਸ ਨਹੀਂ ਹੈ ਜਿਸ ਦੇ ਨਾਲ ਠੱਗੀ ਹੋਈ ਹੋਵੇ ਬਲਕਿ ਕਿ 25-30 ਤੋਂ ਕਈ ਵੱਧ ਵਿਅਕਤੀ ਨੇ ਜਿਨ੍ਹਾਂ ਦੇ ਨਾਲ ਲੱਖਾਂ ਰੁਪਿਆਂ ਦੀ ਠੱਗੀ ਹੋਈ ਹੈ ਭਾਵ ਕਿ ਇਸ ਸ਼ਖਸ ਨੇ ਕਰੋੜਾਂ ਦੀ ਠੱਗੀ ਮਾਰੀ ਹੈ ਪਤਰਾ ਬੈਂਕ 'ਚ ਸਰ ਮੈਂ ਲੋਨ ਦੀ ਅਪਲਾਈ ਕੀਤਾ ਸੀਗਾ ਠੀਕ ਹੈ ਜੀ ਪਹਿਲਾਂ 46,000 ਪ੍ਰੋਸੈਸਿੰਗ ਇਸ ਲਈ ਫਿਰ ਇੰਸ਼ੋਰੈਂਸ ਕਰਾਉਣਾ ਬੀਮਾ ਕਰਵਾਉਣਾ ਗਰੰਟਰ ਦੇ ਕਦੇ ਵੀ ਕੁਛ ਵੀ ਮੇਰੇ ਕੋਲ 1,70 ਲੈ ਗਏ ਜੀ ਇਹਨਾਂ ਤੋਂ ਪੇਮੈਂਟ ਮੈਨੂੰ ਪੰਜ ਦਾ 2 ਵਾਰੀ ਚੈੱਕ ਦਿੱਤਾ ਇਹਨੇ 5 ਦਾ ਪਹਿਲਾਂ ਦਿੱਤਾ 5 ਦਾ ਫਿਰ ਦਿੱਤਾ ਜੀ ਪਰ ਉਹ ਬਾਊਂਸ ਹੋ ਗਏ ਸਰ ਤੁਸੀਂ ਕਿਸ ਕੰਮ ਵਾਸਤੇ ਇਹਨੂੰ ਪੈਸੇ ਸਰ ਮੇਰੀ ਇਲੈਕਟ੍ਰੋਨਿਕ ਫਰਨੀਚਰ ਦੀ ਸ਼ੋਪ ਹੈ ਜੀ ਮੈਂ ਉਹਦੇ ਲਈ ਅਪਲਾਈ ਕੀਤਾ ਸੀਗਾ ਵੀ ਕੰਮ ਵੱਧ ਜਾਵੇ ਮੇਰਾ ਜੀ ਲੋਨ ਵਾਸਤੇ ਅਪਲਾਈ ਕੀਤਾ ਤੇ ਕਿੰਨੇ ਦਾ ਲੋਨ ਤੁਸੀਂ ਅਪਲਾਈ ਕੀਤਾ ਸੀ 10 ਲੱਖ ਦਾ ਸਰ ਤੁਸੀਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਸੀ ਬੰਦੇ ਦੀ ਸਰ ਸਨੌਰ ਮੇਨ ਅੱਡੇ ਦੇ ਬੈਂਕ ਆ ਸਰ ਧਨਪੱਤਰਾ ਬੈਂਕ ਮੈਂ ਉਹਦੇ ਲਈ ਤੁਸੀਂ ਬੈਂਕ ਮੈਨੇਜਰ ਨਾਲ ਵੀ ਸਾਡੀ ਮੇਰੇ ਡਾਕੂਮੈਂਟ ਨੇ ਇਹਦੇ ਕੋਲ 9 ਚੈੱਕ ਨੇ ਸਰ ਮੇਰੀ ਫਾਈਲ ਆ ਸਾਰੀ ਇਹਦੇ ਕੋਲ ਬਾਕੀ ਪੇਮੈਂਟ ਆ ਸਰ 1,70,000 ਹੁਣ ਜਿਹੜਾ 40 ਪਲੱਸ ਨੇ ਅਜੇ ਤਾਂ 40 ਪਲੱਸ ਤਾਂ ਹੈਗੇ ਨੇ ਅੱਗੇ ਪਤਾ ਨਹੀਂ ਹੋਰ ਕਿੰਨੇ ਕਾਰੇ ਨੇ ਸਰ ਅਭੀ ਕੀ ਲੱਗਦਾ ਕਿੰਨੇ ਦੀ ਫਾਲਟ ਮਾਰਿਆ ਇਹਨੇ ਇਹੀ ਕਰੋੜ ਦੇ ਕਰੀਬ ਹੋਏਗਾ ਸਰ ਕਿਸੇ ਦਾ 1,70 ਆ ਕਿਸੇ ਦਾ 2.5 ਆ ਕਿਸੇ ਤੁਸੀਂ ਆਪ ਦੇਖੋ ਸਰ ਕੀ ਲੱਗਦਾ ਇੱਥੇ ਹੋਏ ਆ ਜੀ ਇੱਕ ਫਰੋਡ ਹੈਕ ਕਰ ਰਹੇ ਜੀ ਇੱਕ ਧਨਪਾਤਰਾ ਬੈਂਕ ਤੋਂ ਨੂੰ ਹੈਗਾ ਜੀ ਨੀਟੂ ਸਾਹੀ ਜਿਹੜਾ ਕਿ ਉੱਥੇ ਇੰਪਲਾਈ ਸੀਗਾ ਸਨੋਰ ਬੈਂਕ ਹੈ ਜੀ ਧਨਪਾਤਰਾ ਉਹਦੇ ਵਿੱਚ ਇੰਪਲਾਈ ਸੀਗਾ ਕਹਿੰਦਾ ਮੈਂ ਮੈਨੇਜਰ ਹਾਂ ਉਹਨੇ ਕੀ ਕੀਤਾ ਜੀ ਸਾਰਿਆਂ ਨੂੰ ਅਸੀਂ ਨਾ ਲੋਨ ਕਰਵਾਉਣਾ ਸੀਗਾ ਸਾਰੇ ਜਿੰਨੇ ਖੜੇ ਨੇ ਸਾਰੇ ਲੋਨ ਵਾਲੇ ਨੇ ਉਹਨਾਂ ਨੇ ਠੱਗੀ ਕਿਸ ਤਰ੍ਹਾਂ ਮਾਰੀ ਇਹਨੇ ਕਹਿੰਦਾ ਵੀ ਕੋਈ ਨਾ ਕੋਈ ਬੰਦੇ ਵੀਕਨੈਸ ਹੁੰਦੀ ਕਹਿੰਦਾ ਮਤਲਬ ਕਿ ਪ੍ਰੋਫਾਈਲ ਜੇ ਲਾ ਲਓ ਜਿਸ ਤਰ੍ਹਾਂ ਵੀ ਹੁੰਦਾ ਕਿਸੇ ਕੋਈ ਇਨਕਮ ਟੈਕਸ ਦਾ ਰਿਟਰਨ ਦਾ ਕਿਸ ਤਰ੍ਹਾਂ ਇਹਨੇ ਇਸ ਤਰ੍ਹਾਂ ਸਾਨੂੰ ਕਹਿ ਕੇ ਜੀ ਅਸੀਂ ਲੋਨ ਕਰਵਾਉਣਾ ਸੀਗਾ ਅਤੇ ਸਾਡੇ ਕੋਲ ਮੇਕੂ ਲਿਆ ਜੀ 2,50,000 ਰੁਪਈਆ ਠੀਕ ਹੈ 2,50,000 ਰੁਪਈਆ ਲਿਆ ਮੈਨੂੰ ਕਹਿੰਦਾ 50% ਸਬਸਿਡੀ ਆ ਜਾਏਗੀ ਤੇਰੀ ਠੀਕ ਹੈ ਨਾ 2,50,000 ਰੁਪਇਆ ਲੱਗੇਗਾ ਮੈਂ ਚੱਲ ਕੋਈ ਗੱਲ ਨਹੀਂ ਯਾਰ ਠੀਕ ਹੈ ਮੋਟਾ ਲੋਨ ਸੀਗਾ ਉਸ ਤੋਂ ਬਾਅਦ ਕੀ ਕੀਤਾ ਜੀ ਇਹਨੇ ਆਪਣਾ ਮੈਨੂੰ ਕਹਿੰਦਾ ਮੈਂ ਕਾਫੀ ਦਿਨ ਪਿਆ ਰਿਹਾ ਮੈਨੂੰ ਕਹਿੰਦਾ ਹੁਣ ਆ ਰਹੇ ਘੰਟੇ ਤੱਕ ਆ ਰਹੇ ਅੱਧੇ ਘੰਟੇ ਤੱਕ ਆ ਰਹੇ ਕਰਦੇ ਜੀ ਇਹਨਾਂ ਮੈਨੂੰ ਨਾ ਯਾਨੀ ਕਿ ਮੈਨੂੰ ਕਹਿੰਦਾ ਯਾਰ ਤੇਰਾ ਕੰਮ ਨਾ ਲੇਟ ਹੋ ਰਿਹਾ ਮੈਂ ਖੜੇ ਪੈ ਗਿਆ ਯਾਰ ਮੈਂ ਮੇਰੇ ਪੈਸੇ ਵਾਪਸ ਕਰੇ 2,50,000 ਰੁਪਇਆ ਰਕਮ ਹੈ ਇਹਨੇ ਕੀ ਕੀਤਾ ਜੀ ਮੈਨੂੰ ਮੈਸੇਜ ਭੇਜਤਾ ਮੈਨੂੰ ਕਹਿੰਦਾ ਤੇਰੇ ਮੈਂ ਖਾਤੇ 'ਚ ਪਾ ਤੇ ਜਦੋਂ ਜਿਸ ਦਿਨ ਤੇਰਾ ਲੋਨ ਹੋ ਜਾਏਗਾ ਉਸ ਨੂੰ ਮੈਨੂੰ ਤੂੰ ਦੇ ਦੀ ਪੈਸੇ ਮੈਂ ਚਲੋ ਠੀਕ ਹੈ ਜੀ ਉਹ ਜਦੋਂ ਕਿ ਉਹ ਫਰੋਡ ਬਿਲਕੁਲ ਫੇਕ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਯਾਰ ਤੇਰਾ ਮੈਸੇਜ ਤਾਂ ਬੇਗਾ ਫੇਕ ਹੈ ਉਹ ਕਹਿੰਦਾ ਨਹੀਂ ਗਲਤੀ ਨਾ ਹੋ ਗਿਆ ਤੂੰ ਐਦਾਂ ਕਹਿੰਦਾ ਮੇਰੇ ਕੋਲ ਚੈੱਕ ਲੈ ਲਓ ਇਹ ਚੈੱਕ ਹੈ ਇਹ ਚੈੱਕ ਇਹ 2,50,000 ਰੁਪਇਆ ਚੈੱਕ ਹੈ ਜਿਹੜਾ ਕਿ ਉਹਨੇ ਆਪਣੇ ਕੋਲ ਦਿੱਤਾ ਕਹਿੰਦਾ ਮਤਲਬ ਕਿ ਇਹ ਮੈਂ ਜਿਹੜਾ ਤੁਹਾਨੂੰ ਦਿੱਤਾ ਸੀਗਾ ਉਹ ਵਾਪਸ ਕੀਤਾ ਇਹਨੇ ਮੈਨੂੰ ਬਈ ਉਹਦਾ ਚੈੱਕ ਦਿੱਤਾ ਮੈਨੂੰ ਨਹੀਂ ਜਿਹੜਾ ਇਹ ਬੰਦਾ ਚੈੱਕ ਦਾ ਤੁਸੀਂ ਗੱਲ ਕਹਿ ਰਹੇ ਹੋ ਕਿਹੜੀ ਬੈਂਕ ਦੇ ਨਾਮ ਤੇ ਲੋਨ ਕਰ ਰਹੇ ਇਹ ਧਨਪਾਤਰਾ ਬੈਂਕ ਹੈ ਜੀ ਸਨੋਰ ਉਹਦੇ ਨਾਮ ਤੇ ਕਰਾ ਉਹਦੇ ਨਾਮ ਤੇ ਉਹਦੇ ਮੈਨੇਜਰ ਸੀਗਾ ਉੱਥੇ ਕਹਿੰਦਾ ਵੀ ਉੱਥੇ ਮੈਂ ਲੱਗਾ ਤੁਹਾਡਾ ਲੋਨ ਹੋ ਜਾਏਗਾ ਟੋਟਲ ਕਿੰਨੇ ਹੈ ਜਿਨ੍ਹਾਂ ਨੂੰ ਠੱਗੀ ਮਾਰੀ ਹੈ ਇਸ ਟਾਈਮ ਘੱਟੋ ਘੱਟ 40 ਬੰਦੇ ਹੈਗੇ ਜੀ ਇਸ ਟਾਈਮ ਮੌਜੂਦ ਸਾਨੂੰ ਠੀਕ ਲੱਗਦਾ 50-60 ਲੱਗ ਕਿੰਨੇ ਲੱਗਦਾ ਕਿੰਨੀ ਦੀ ਠੱਗੀ ਹੋਈ ਹੈ ਇਹ ਨਾ ਨਾ ਕਰਦੇ ਜੀ ਇਸ ਟਾਈਮ ਜੇਕਰ ਆਪਾਂ ਰਾਊਂਡ ਅਬਾਊਟ ਕੀਤਾ ਜਾਏ ਤਾਂ ਇਸ ਟਾਈਮ 1 ਕਰੋੜ ਤੋਂ ਉੱਪਰ ਦੀ ਠੱਗੀ ਹੈ ਜੀ 1 ਕਰੋੜ ਤੋਂ ਉੱਪਰ ਦੀ ਇਹਦੇ ਵਿੱਚ ਬਹੁਤ ਹਾਈ ਪ੍ਰੋਫਾਈਲ ਬੰਦੇ ਇਹਦੇ ਨਾਲ ਜੁੜੇ ਹੋਏ ਨੇ ਜਿਹੜੇ ਕਹਿੰਦੇ ਸਪੋਰਟ ਕਰਦੇ ਪਏ ਨੇ ਬੈਂਕ ਦੇ ਨਾਮ ਲੈ ਕੇ ਤੁਹਾਨੂੰ ਲੋਨ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਤੇ ਲੋਨ ਸਾਰੇ ਦੇ ਫਾਲਟ ਹੈ ਬਿਲਕੁਲ ਜੀ ਕਿਸੇ ਨੂੰ ਕਿੰਨੇ ਚੈੱਕ ਦੇਤਾ ਕਿਸੇ ਨੂੰ ਬੈਂਕ ਤੋਂ ਆ ਗਏ ਚੈੱਕ ਇਹ ਕਿਸੇ ਇਸ ਬੈਂਕ ਦਾ ਜੀ ਉਹ ਅਲੱਗ ਅਲੱਗ ਬੈਂਕ ਦੇ ਉੱਤੇ ਪਏ ਨੇ ਸਾਰਿਆਂ ਨੂੰ ਯਾਰ ਕਿ ਸਾਰੇ ਬਾਊਂਸ ਹੋਏ ਪਏ ਨੇ ਟੋਟਲ ਤੁਸੀਂ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹਾਂਜੀ ਦੋਸ਼ੀ ਇੱਥੇ ਆਪਣਾ ਆ ਗਿਆ ਸੀਗਾ ਉਹਨੂੰ ਅਸੀਂ ਥਾਣੇ ਲਿਆਏ ਠੀਕ ਹੈ ਨਾ ਬੰਦੇ ਹੋਰ ਸੀ ਉਹ ਥਾਣੇ ਲਿਆਏ ਹੁਣ ਪੁਲਿਸ ਦਾ ਕੰਮ ਹੈ ਜੀ ਹੁਣ ਕਹਿੰਦੇ ਜੋ ਵੀ ਕਾਰਵਾਈ ਕਰਨੀ ਹੈ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਕਹਿੰਦਾ ਅਸੀਂ ਕਾਰਵਾਈ ਕਰਾਂਗੇ ਹੁਣ ਦੇਖੋ ਜੀ ਤਾਂ ਚੱਲ ਰਿਹਾ ਅੰਦਰ ਤੁਹਾਡੀ ਕਿੰਨੀ ਦੀ ਉਧਰ ਦੂਜੇ ਪਾਸੇ ਥਾਣਾ ਸਨੌਰ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਦੇ ਕੋਲ ਹੁਣ ਤੱਕ 25 ਤੋਂ 30 ਲੋਕ ਆਏ ਨੇ ਜਿਨ੍ਹਾਂ ਦੇ ਵੱਲੋਂ ਇੱਕ ਹੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਪ੍ਰਾਈਵੇਟ ਬੈਂਕ ਫਾਈਨਾਂਸ ਦੇ ਵੱਲੋਂ ਉਹਨਾਂ ਦੇ ਨਾਲ ਠੱਗੀ ਕੀਤੀ ਗਈ ਜਿਸ ਤੋਂ ਬਾਅਦ ਲੋਕਾਂ ਨੇ ਮੈਨੇਜਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਸੰਬੰਧੀ 2 ਦਰਖਾਸਤਾਂ ਮਸੂਲ ਹੋਈਆਂ ਨੇ ਜਿਹਦੇ ਵਿੱਚ ਜਿਹੜੀ ਬੈਂਕ ਹੈਗੀ ਹੈ ਕਿ ਇਹ ਪ੍ਰਾਈਵੇਟ ਫਾਈਨਾਂਸ ਕੰਪਨੀ ਜਿਸ ਦਾ ਨਾਮ ਪਾਤਰਾ ਬੈਂਕ ਬ੍ਰਾਂਚ ਹੈਗੀ ਹੈ ਜਿਹਦਾ ਮੈਨੇਜਰ ਨੀਟੂ ਸ਼ਾਹੀ ਪੁੱਤਰ ਸ਼੍ਰੀ ਵਿੱਦਿਆ ਸਾਗਰ ਜੋ ਕਿ ਮਲੋਹ ਦਾ ਰਹਿਣ ਵਾਲਾ ਹੈਗਾ ਉਹ ਜੇ ਜੋ ਇੱਥੇ ਬ੍ਰਾਂਚ ਵਿੱਚ ਬਤੌਰ ਮੈਨੇਜਰ ਰਿਹਾ ਹੈਗਾ ਕਰੀਬ 6 ਮਹੀਨੇ ਪਹਿਲਾਂ 3-4 ਮਹੀਨੇ ਜਿਹੜਾ ਇਸਦਾ ਬ੍ਰਾਂਚ ਇਹ ਬ੍ਰਾਂਚ ਹੈਗੀ ਜੋ ਪਰਸਨਲ ਲੋਨ ਪ੍ਰੋਵਾਈਡ ਕਰਦੀ ਹੈ ਲੋਕਾਂ ਨੂੰ ਅਤੇ ਇਸ ਬੰਦੇ ਨੀਟੂ ਸ਼ਾਹੀ ਨੇ ਲੋਕਾਂ ਤੋਂ ਲੋਨ ਸੈਂਕਸ਼ਨ ਕਰਵਾਉਣ ਦੇ ਬਦਲੇ ਪੈਸੇ ਦੀ ਮੰਗ ਕੀਤੀ ਸੀਗੀ ਅਤੇ ਇਹਨੇ ਤਾਂ ਨਾ ਹੀ 25 ਤੋਂ ਜੋ ਹੈਗੀ ਆ ਇਨੀਸ਼ੀਅਲ ਜਿਹੜੀ ਇਨਕੁਆਇਰੀ ਤੋਂ ਸਾਹਮਣੇ ਆ ਰਿਹਾ ਵੀ 25 ਤੋਂ 30 ਵਿਅਕਤੀਆਂ ਤੋਂ ਕਰੀਬ ਲੋਨ
ਪੈਸੇ ਵਾਪਸ ਕੀਤੇ ਜੀ। ਸਰ ਇਹ ਲੋਨ ਚੈੱਕ ਵੀ ਲੈ ਕੇ ਜਾ ਰਿਹਾ ਕਿ ਤੁਸੀਂ ਤੁਹਾਡੀ ਕੁਝ ਪੁੱਛਗਿੱਛ ਹੋਈ ਜਾਂ ਕੁਝ ਪਤਾ ਲੱਗਿਆ ਚੈੱਕ ਕਿਹੜੇ ਬੈਂਕ ਦੇ ਦੇਣ ਜਾ ਰਿਹਾ? ਹਾਂਜੀ ਹਾਂ, ਅਸੀਂ ਜਿਹੜਾ ਲਿਆਂਦਾ ਹੈਗਾ ਸਟੇਟ ਤੋਂ ਅਸੀਂ ਜਿਹੜੀ ਪੁੱਛਗਿੱਛ ਕਰ ਰਹੇ ਹਾਂ ਅਤੇ ਪੁੱਛਗਿੱਛ ਤੋਂ ਬਾਅਦ ਹੀ ਜਿਹੜੀ ਹੈਗੀ ਅਸੀਂ ਜਿਹੜੀ ਕਾਰਵਾਈ ਹੈ ਜਿਹੜੀ ਅਸੀਂ ਅਮਲ ਵਿੱਚ ਲੈ ਰਹੇ ਹਾਂ। ਇਸ ਬੰਦੇ ਦੇ ਖਿਲਾਫ਼ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਸਰ ਇਸ ਥਾਣੇ ਵਿੱਚ? ਦੇਖੋ ਜੀ, ਇਸ ਫਿਲਹਾਲ ਤਾਂ ਇਸਦੇ ਕੋਈ ਮੁਕੱਦਮਾ ਹੈ ਨਹੀਂ, ਬਟ ਫਿਰ ਵੀ ਅਸੀਂ ਜਿਹੜਾ ਇਸਦੀ ਸਾਰੀ ਜਿਹੜੀ ਇਨਕੁਆਇਰੀ ਕਰਕੇ ਪੜ੍ਹਨ ਇਹ ਹਾਂਜੀ ਹਾਂ ਜਿਹੜਾ ਇਸ ਸੰਬੰਧੀ ਸਾਡੇ ਕੋਲ ਜਿਹੜੀਆਂ ਦਰਖਾਸਤਾਂ ਸੀਗੀਆਂ ਇਸਦੇ ਖਿਲਾਫ਼, ਅਤੇ ਆਹ ਹੁਣੀ ਇੱਕ ਦੋ ਬੰਦੇ ਜਿਨ੍ਹਾਂ ਨੇ ਪੈਸੇ ਲੈਣੇ ਸੀਗੇ ਅਤੇ ਉਹਨਾਂ ਨੂੰ ਕਿਤੇ ਇਹ ਮਿਲ ਗਿਆ ਅਤੇ ਉਹ ਆਪਣੇ ਲੈਵਲ 'ਤੇ ਹੀ ਇਹਨੂੰ ਫੜ ਕੇ ਜਿਹੜਾ ਕੁਝ ਪਤਾ ਲੱਗਿਆ ਕਿੱਦੇ ਦੀ ਠੱਗੀ ਮਾਰੀ ਹੈ? ਇਹ ਦੇਖੋ ਜੀ, ਹਲੇ ਜਿਹੜੀਆਂ ਸਾਡੇ ਕੋਲ ਦੋ ਦਰਖਾਸਤਾਂ ਉਹਦੇ ਵਿੱਚ ਤਕਰੀਬ 5-6 ਲੱਖ ਦੀ ਹੈ, ਬਾਕੀ ਜਿਹੜਾ ਹੁਣ ਇਹ ਦੱਸ ਰਹੇ ਨੇ ਵੀ 25 ਤੋਂ 30 ਬੰਦੇ ਹੋਰ ਹੈਗੇ, ਤੇ ਜਿਹੜਾ ਇਹ ਹੈ ਜੀ ਬਾਅਦ ਅਸੀਂ ਸਾਰਾ ਜਿਹੜਾ ਪੜਤਾਲ ਕਰਕੇ ਹੀ ਦੱਸ ਸਕਦੇ ਹਾਂ ਵੀ ਕਿ ਟੋਟਲ ਕਿੰਨੇ ਦੀ ਠੱਗੀ ਮਾਰੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਵੀ ਦਿੱਤਾ ਹੈ। ਪਟਿਆਲਾ ਤੋਂ ਕਵਲਜੀਤ ਕੰਬੋਜ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।